ਵਰਲਡ ਪੰਜਾਬੀ ਆਰਗੇਨਾਈਜੇਸ਼ਨ ਵੱਲੋਂ ਕਰਵਾਇਆ ਗਿਆ ਸ਼ਾਨ ਪੰਜਾਬ ਦੀ ਅਵਾਰਡ ਸਮਾਰੋ ਇਸ ਦੌਰਾਨ ਫਿਲਮ ਬਿਨੇ ਤਰੀ ਰਿਚਾ ਚੱਡਾ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹਾਂ ਉਹਨਾਂ ਕਹਿੰਿਆ ਕਿ ਪੰਜਾਬ ਉਹਨਾਂ ਦੇ ਰਗਾਂ ਵਿੱਚ ਵੱਸਦਾ ਹੈ ਅਤੇ ਮੈਂ ਜਿੱਥੇ ਵੀ ਜਾਵਾਂ ਪੰਜਾਬ ਦੀ ਹੀ ਪ੍ਰਤੀਨਿਧਤਾ ਕਰਦੀ ਹਾਂ ਸਾਡੇ ਨਾਲ ਰਿਚਾ ਚੱਡਾ ਨੇ ਬਾਲੀਵੁੱਡ ਅਦਾਕਾਰ ਕਿਉਂਕਿ ਸੈਲਫੀਜ਼ ਦਾ ਬਹੁਤ ਜ਼ੋਰ ਚੱਲ ਰਿਹਾ ਹੈ ਰਿਚਾ ਕਿਹੋ ਜਿਹਾ ਲੱਗ ਰਿਹਾ ਹੈ ਚੰਡੀਗੜਾ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ ਮੈਂ ਬਸ ਅਭੀ ਡਿਨਰ ਦਾ ਪਲਾਨ ਬਣਾ ਰਹੀ ਹਾਂ ਅੰਮ੍ਰਿਤਸਰੀ ਕੁਲਚਾ ਛੋਲੇ ਏ ਪੰਜਾਬ ਕਿਉਂਕਿ ਤੁਸੀਂ ਅੰਬਰ ਸਰਜ ਪੈਦਾ ਹੋਏ ਮਾਝੇ ਦੇ ਹੋ ਪੰਜਾਬ ਨੂੰ ਕਿੰਨੇ ਗੌਰ ਨਾਲ ਦੇਖਦੇ ਹੋ ਕਿਉਂਕਿ ਮੁੰਬਈ ਜਾ ਕੇ ਦਿੱਲੀ ਜਾ ਕੇ ਬੰਦਾ ਯੂ ਕੈਨ ਨਾਟ ਟੇਕ ਆਊਟ ਪੰਜਾਬ ਫਰੋਮ ਯੋਰ ਹਾਰਟ ਨੋ ਯੂ ਕੈਨ ਨਾਟ ਮੈਨੂ ਤੇ ਐ ਵੀ ਲੱਗਦਾ ਮੇਰੇ ਪੇਰੈਂਟਸ ਮਤਲਬ ਮੈਨੂੰ ਲੱਗਦਾ ਹੈ ਕਿ ਉਹ ਸ਼ਿਫਟ ਹੀ ਇਸ ਲਈ ਹੋਇਆ ਕਿਉਂਕਿ ਪੰਜਾਬ ਦੇ ਬਾਅਦ ਪੰਜਾਬੀ ਬੰਦਾ ਪੂਰੀ ਤਰ੍ਹਾਂ ਖੁਸ਼ ਨਹੀਂ ਹੋ ਸਕਦਾ ਰਿਟਾਇਰਮੈਂਟ ਦੇ ਬਾਅਦ ਉਹ ਦੇ ਕਵਿਕਲੀ ਮੂਵਡ ਅੱਛਾ ਕਈ ਵਾਰ ਇਹ ਵੀ ਅਸੀਂ ਨੋਟਿਸ ਕੀਤਾ ਹੈ ਕਿ ਮੈਂ ਫੋਰਨ ਟ੍ਰਿਪਸ ਕਰਦਾ ਜਿੱਥੇ ਪੰਜਾਬੀ ਗਾਣਾ ਵੱਜੇ ਆ ਪੰਜਾਬ ਕਿਤੇ ਸਾਹਮਣੇ ਆ ਜੇ ਤਾਂ ਅਸੀਂ ਆਪਣੇ ਆਪ ਚ ਬ੍ਰਾਂਡ ਅੰਬੈਸਡਰ ਬਣ ਜਾਂਦੇ ਕਿ ਅਸੀਂ ਪੰਜਾਬੀ ਆ ਤੇ ਤੁਹਾਡੇ ਨਾਲ ਵੀ ਹੁੰਦਾ ਜੀ ਹੁੰਦਾ ਮੈਂ ਤੁਹਾਨੂੰ ਇੱਕ ਕਿੱਸਾ ਦੱਸਦੀ ਆ ਮਸਾਨ ਮਸਾਨ ਲਈ ਆਪਾਂ ਸਭ ਲੋਕ ਵਿਕੀ ਕੈਨ ਤੋਂ ਸੀਗੇ ਫਰਾਂਸ ਮੇ ਨਾਈਟ ਕਲੱਬ ਮੇ ਅਚਾਨਕ तीन बैक टू बैक पंजाबी सॉन्ग्स बनने लगे तो फिर वी ऑल गॉट अप एंड डांस्ड अ लॉट उतना कनेक्ट इज वेरी स्ट्रांग ਲੱਗਦਾ ਪ੍ਰਾਊਡ ਪ੍ਰਾਊਡ ਲੱਗਦਾ ਕਿ ਉਸਨੇ ਪੰਜਾਬੀ ਬਿਲਕੁਲ ਪ੍ਰਾਊਡ ਲੱਗਦਾ ਬਹੁਤ ਪ੍ਰਾਊਡ ਲੱਗਦਾ ਹੈ ਇਸ ਤਰੀਕੇ ਨਾਲ ਤੁਸੀਂ ਅਦਾਕਾਰ ਹੋ ਜਿਦਾ ਕਿ ਕੋਈ ਇੱਥੇ ਅਵਾਰਡ ਦਿੰਦਾ ਤੁਹਾਡੇ ਕੰਮ ਨੂੰ ਦੇਖ ਕੇ ਪੌਲੀ ਪੰਜਾਬ ਬੰਦੇ ਕਰੈਕਟਰ ਨੂੰ ਦੇਖ ਕੇ ਫਿਰ ਕੀ ਲੱਗ ਰਿਹਾ ਇੱਥੇ ਇੰਨੀ ساری ਆਂਟੀਆਂ ਹੈ ਮੈਨੂੰ ਬਸ ਜਫੀ ਪਾ ਕੇ ਦੇ ਆ ਜਸ ਲਾਈਕ ਗਿਵਿੰਗ ਮੀ ਲਵ ਇਟ ਸੋ ਦੇਖਦੇ ਬੱਚੇ ਵੀ ਜਫੀਆਂ ਪਾ ਰਹੇ ਨੇ ਕਿ ਪੌਲੀ ਪੰਜਾਬ ਲਈ ਅਸੀਂ ਕੁਝ ਸਿੱਕੇ ਜਾਨਾ ਡਰ ਵੀ ਰਹੇ ਕੁਝ ਅੱਛਾ ਪੰਜਾਬ ਦੀ ਜੇ ਗੱਲ ਕਰੀਏ ਪੰਜਾਬ 'ਚ ਕੁਝ ਲੋਕ ਪੰਜਾਬ ਨੂੰ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ ਕੁਝ ਗੱਲਾਂ ਕਰਦੇ ਨੇ ਤੁਸੀਂ ਐਜ਼ ਅ ਪੰਜਾਬੀ ਖਾਸ ਤੌਰ ਤੇ ਅੰਬਰਸਰ ਦੇ ਹੋ ਕੇ ਕੀ ਕਹੋਗੇ ਮੈਂ ਕਹੋਗੀ ਕਿ ਬਸ ਉਹਨਾਂ ਦੀ ਬਾਤਾਂ ਮਤ ਸੁਣੋ ਆਪਸ ਵਿੱਚ ਮਿਲ ਜੁਲ ਕੇ ਰਹੋ ਜੋ ਦਲਜੀਤ ਨੇ ਕਹਾ ਕੁਝ ਐਲਾ ਮੈਂ ਮੈਂ ਉਸ ਸੇ ਬਿਲਕੁਲ 100% ਸਹਿਮਤ ਹਾਂ ਵੈਲਕਮ ਪੰਜਾਬ ਆਏ ਥੈਂਕ ਯੂ ਥੈਂਕ ਯੂ ਥੈਂਕ ਯੂ ਬਈ ਸਿਗੇ ਰਿਚਾ ਚੱਡਾ ਜਿਹੜੇ ਕਿ ਸਾਫ਼ ਤੌਰ ਤੇ ਕਹਿ ਰਹੇ ਨੇ ਬਿਲਕੁਲ ਸਾਫ਼ ਤੌਰ ਤੇ ਕਿ ਪੰਜਾਬ ਮੇਰੇ ਅੰਦਰ ਵਸਦਾ ਹੈ ਤੇ ਸ਼ਾਇਦ ਉਹ ਪੰਜਾਬ ਹੈ ਜਿਹਦੇ ਕਰਕੇ ਮੈਂ ਰਿਪਰੈਜ਼ੈਂਟ ਕਰਦੀ ਆ ਤੇ ਉਹ ਰਿਪਰੈਜ਼ੈਂਟ ਜੋ ਮੈਂ ਕਰਦੀ ਆ ਬਾਲੀਵੁੱਡ ਚ ਮੁੰਬਈ ਜਾ ਕੇ ਆ ਬਾਹਰਲੇ ਵਿਦੇਸ਼ਾਂ ਚ ਪੰਜਾਬ ਨੂੰ ਸ਼ਾਇਦ ਆਹੀ ਕਾਰਨ ਹੈ ਕਿ ਮੇਰੇ ਕੰਮ ਕਰਕੇ ਮੈਨੂੰ ਅੱਜ ਇੱਥੇ ਸਨਮਾਨਿਤ ਕੀਤਾ ਗਿਆ ਤੇ ਨਾਲ ਦੇ ਨਾਲ ਜੋ ਪੰਜਾਬ ਨਾਲ ਹੋਰ ਪੁਰਾਣੇ ਕਿਸੇ ਸੀਗੇ ਇਹਨਾਂ ਦੇ ਉਹਨਾਂ ਨਾਲ ਤੇ ਬਾਲੀਵੁੱਡ ਦੇ ਕਿਸੇ ਨਾਲ ਵਾਲੇ ਵੀ ਜਿਹੜਾ ਹੈ ਉਹ ਆਪਣੀ ਗੱਲ ਰੱਖਦੇ ਨਜ਼ਰ ਆਏ ਕੈਮਰਾ ਪਰਸਨ ਸੁਨੀਲ ਦੇ ਨਾਲ ਬਜ਼ਮ ਵਰਮਾ ਡੇਲੀ ਪੋਸਟ ਚੰਡੀਗੜ੍ਹ Daily Post, Punjab, Haryana, Himachal, Journalism of Hope.